ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਧੌਲਾ, ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ, ਧਾਲੀਵਾਲ ਡੈਰੀ ਫਾਰਮ ਤੇ ਪਹੁੰਚੇ ਹੋਏ ਹਾਂ। ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਵੱਛੀਆਂ ਤੇ ਨਾਲ ਵੀ ਵੱਛੀਆਂ ਨੇ, ਤੇ ਬਾਕੀ ਦਿਖਾਵਾਂਗੇ ਕੁਝ ਗਾਵਾਂ। ਸੱਜਣੋ, ਗੱਬਣ ਕੁਆਲਿਟੀ ਸਾਰੀਆਂ ਦੀ ਓਕੇ ਦੀ ਰਿਪੋਰਟ ਆ, ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ। ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ। ਹੋਰ ਚੋਪੜਾ ਕਿਵੇਂ ਆ? ਬਹੁਤ ਵਧੀਆ ਵੀਰੇ, ਬਹੁਤ ਵਧੀਆ। ਚੜ੍ਹਦੀ ਕਲਾ ਬਹੁਤ ਵਧੀਆ ਜੀ, ਬਹੁਤ। ਆ ਤੋਹਫਾ ਕਿਧਰੋਂ ਲਿਆਂਦਾ? ਬਸ ਐਂ ਲੈ ਲਿਆ ਜੀ, ਤੁਰ ਫਿਰ ਕੇ ਮਿਲ ਹੀ ਜਾਂਦਾ ਜੀ। ਠੀਕ ਹੈ ਗੱਲ। ਕਿਹੜਾ ਸੂਆ ਬਾਈ ਇਹਦਾ? ਸੂਆ ਦੂਸਰਾ ਜੀ। ਨਸਲ ਕਿਹੜੀ ਹੈ? ਨਸਲ ਇਹ ਗਰਲੈਂਡੋ ਆ ਗਈ ਜੀ ਆਪਣੀ, ਪਿਓਰ ਗਰਲੈਂਡੋ। ਹਾਂ ਜੀ ਹਾਂ। ਬੱਚਾ ਕੀ ਆ ਨਾਲ? ਬੱਚਾ ਹੈ ਕ੍ਰੋਸ, ਉਹ HF ਨਾਲ ਕ੍ਰੋਸ ਦਿੱਤਾ ਜੀ ਇਹਨੇ, ਹੈ ਉਹ ਗਰਲੈਂਡੋ ਜੀ, ਐ ਮੰਨ ਲਓ ਵੀ 70% ਗਰਲੈਂਡੋ ਬੱਚੀ। ਹਾਂ ਬੱਚੀ ਆ ਨਾਲ ਵੀ ਫਿਰ ਦੁੱਧ ਬਹੁਤ ਚੰਗਾ ਪਾਦੂ ਜੀ, ਬੱਚੀ ਬਹੁਤ ਸੋਹਣੀ ਤਿਆਰ ਹੋਣੀ ਹੈ। ਬੱਚੀ ਆ ਗਈ ਨਾਲ ਤੇ ਗਰਲੈਂਡੋ, ਤੁਹਾਨੂੰ ਪਤਾ ਵੀ ਥੋੜੀਆਂ ਜਿਹਾ ਘੱਟ ਮਿਲਦੀਆਂ ਮਾਰਕੀਟ ਚ। ਸੂਆ ਕਿਹੜਾ ਦੱਸਿਆ ਬਾਈ? ਸੂਆ ਦੂਸਰਾ ਵੀਰੇ। ਤੋਰ ਖੋਲ ਕੇ ਫਿਰ, ਸੂਆ ਦੂਜਾ ਕੰਪਨੀ ਗਰਲੈਂਡੋ ਨਾਲ ਬੱਚੀ, ਤਾਰਾ ਮਾਰ ਕੇ ਤੁਹਾਨੂੰ ਦਿਖਾ ਦਾਂਗੇ ਤੇ ਰੇਟ ਵੀ ਇਹਦਾ ਵੀਡੀਓ ਚ ਕਰਾ ਦਾਂਗੇ। ਥਣ ਥਣ ਬਹੁਤ ਸੋਹਣਾ ਲੱਗਿਆ ਬਾਈ ਇਹਦਾ। ਬਾਕੀ ਇੱਥੇ ਤਾਂ ਝਾਲਰ ਚੈੱਕ ਕਰ ਸਕਦੇ ਹੋ, ਥਣ ਚੈੱਕ ਕਰ ਸਕਦੇ। ਓਰੀਜਨਲ ਗਰਲੈਂਡੋ ਆ ਵੀਰੇ। ਚਬਾਈ ਤਾਂ ਉਹੀ ਗੱਲ ਆ ਵੀ ਮੋਗੇ ਕਰਨ ਵਾਲਾ ਸ਼ਿਸ਼ਟ ਨਹੀਂ ਹੋਊਗਾ। ਹਾਂ ਪੰਪੀ ਆ ਵੀਰੇ ਇੱਕ ਤਰ੍ਹਾਂ ਦਾ, ਜਾਨ ਵੀ ਫੁੱਲ ਆ ਗਈ ਤੇ ਨਸਲ ਵੀ ਸੁੱਖਣਾ ਚੰਗੀ ਆ ਗਰਲੈਂਡੋ ਦੇ ਵਿੱਚ। ਕਿਸੇ ਭਰਾ ਨੇ ਲੈਣੀ ਅੱਗੇ ਬਰੀਡ ਤਿਆਰ ਕਰਨੀ ਆ, ਸੰਪਰਕ ਬਾਈ ਨਾਲ ਕਰ ਸਕਦਾ ਤੇ ਨਾਲ ਵੀ ਬੱਚੀ ਆ ਉਹੀ ਵੀ ਨਵੇਂ ਹਾਣ ਚ ਛੱਡੋ ਬੱਚਾ ਤੇ ਜਾਨ ਚ ਵੀ ਫੁੱਲ ਵਾਲਾ ਲਾ ਬੱਚੀ ਇਹਨੂੰ ਦਿਖਾ ਮਾਰ ਕੇ ਤਰਾ, ਤੇ ਉਦੋਂ ਬਾਅਦ ਤੁਹਾਨੂੰ ਫਿਰ ਇੱਕ ਆ ਦਿਖਾਉਂਗਾ ਕਬੂਤਰ ਵਰਗੀ ਬੱਚੀ ਨਾਲ ਇਹਦੇ ਵੀ ਬੱਚੀ ਆ। ਆ ਇਹਦੇ ਵਾਲੀ ਬੱਚੀ ਕਰੀ ਬਣਾਇਆ ਤੇਰੇ, ਇਹਦੀ ਮਾਰਦਾ ਨੇ ਕੈਮਰਾ, ਹੋ ਸਕਦਾ ਵੀ ਸੈਕਸਡ ਦੀ ਹੋਵੇ। ਠੀਕ ਹੈ ਗੱਲ। ਹਾਂ ਵੈਸੇ ਆਪਾਂ ਨੂੰ ਪੁੱਛਿਆ ਤਾਂ ਹੈ ਨਹੀਂ ਬੰਦਿਆਂ ਤੋਂ, ਇੱਥੋਂ ਚੈੱਕ ਕਰ ਜਿਹੜੇ ਸਾਹਮਣੇ ਦੀ ਕੁਆਲਿਟੀ ਆ, ਹੋ ਸਕਦਾ ਤੇ ਮਾਮਾ ਦੀ ਮਾਂ ਦਾ ਵੀ ਪ੍ਰਿੰਟ ਬਹੁਤ ਚੰਗਾ ਵੀਰੇ। ਤਾਂ ਤੁਹਾਨੂੰ ਮਾਰ ਕੇ ਆਪਾਂ ਦਿਖਾ ਦੇਣਾ ਸੱਜਣਾ। ਚਬਾਈ ਦੀ ਤਾਂ ਉਹੀ ਗੱਲ ਆ, ਫੁੱਲ ਮੋਤੀ ਆ, ਬੌਲੇ ਹੀ ਆ, ਤਾਜ਼ੀ ਸੂਈ ਆ। ਲੈ ਅਗਲੇ ਥਣਾਂ 'ਚ ਵੀ ਚਬਾਈ ਕਰ ਸਕਦੇ ਹਾਂ, ਚੈੱਕ। ਚਬਾਈ ਆ ਗਈ ਫੁੱਲ ਮੋਟੀ, ਬਸ ਛੱਡ ਦਿਓ ਜੀ। ਚਬਾਈ ਦੀ ਆ ਗਈ ਫੁੱਲ ਮੋਟੀ ਤੇ ਆ ਇਹਦੀ ਜੇ ਰੁਪਈਆ ਇੱਧਰਲੇ ਬੰਨੇ ਡਨ ਆ। ਪੈਸੇ ਇਹਦੇ ਕਿੰਨੇ ਲਵਾਂਗੇ ਬਾਈ? 80,000 ਰੁਪਏ ਦੇ ਦਾਂਗੇ ਗਰਲੈਂਡੋ। ਹਾਂ ਜੀ ਹਾਂ, ਕੱਦ ਕਾਠ ਵਾਲੀ ਹੈ ਜੀ, ਫੁੱਲ ਵੇਟ ਆ। ਬਾਈ ਕਹਿੰਦਾ ਦੇ ਦਾਂਗੇ 80,000 ਦੀ, ਕੱਦ ਵਿੱਢ ਵੀ ਚੰਗਾ ਤੇ ਉੱਤੋਂ ਸਟੇਟ ਆ ਗਈ ਬਿਲਕੁਲ, ਨਾਲ ਵੀ ਇਹਦੇ ਬੱਚੀ ਆ ਗਈ। ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਦੇ ਆ HF ਦਾ ਤੋਹਫਾ 2 ਨੰਬਰ ਤੇ, ਇਹਦੀ ਬਹੁਤ ਸ਼ਾਈਨਿੰਗ ਸ਼ੂਨਿੰਗ ਆ ਬਾਈ, ਫੇਸ ਕੁਆਲਿਟੀ ਕਰ ਸਕਦੇ ਹੋ ਚੈੱਕ। ਨਾਲ ਬੱਚੀ ਆ, ਇਹਦਾ ਸੂਆ ਕਿਹੜਾ ਬਾਈ? ਇਹਦਾ ਵੀ ਦੂਸਰਾ ਸੂਆ ਬੱਚੀ ਦਾ, ਤੋਰ ਚੋਬਰਾ ਖੋਲ ਕੇ ਸੂਆ ਦੂਜਾ ਤੇ ਜੇਰੇ ਦੀ ਵੀ ਡਾਨਾ ਪਈ ਇਧਰਲੇ ਬੰਨੇ। ਕਦੋਂ ਸੂਈਆਂ ਨੇ ਇਹ? ਇਹ ਅੱਜ ਸੁਬਾ ਸੁਈਆਂ ਵੀਰੇ, ਅੱਜ ਸੁਬਾ। ਹਾਂ ਜੀ ਹਾਂ, ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਥੇ ਤੋਂ ਸੱਜਣੋ, ਕਰ ਸਕਦੇ ਹੋ ਫੇਸ ਕੁਆਲਿਟੀ ਚੈੱਕ ਆ, ਪੂਰੇ ਸੋਹਣੇ ਰੰਗ ਰੂਪ ਦੇ ਵਿੱਚ ਆ ਗਈ ਜਿਵੇਂ ਕੋਈ ਚੀਨਾ ਕਬੂਤਰ ਹੁੰਦਾ। ਹਾਂ ਜੀ ਹਾਂ, ਬਹੁਤ ਤਰ੍ਹਾਂ ਸਿਸਟਮ ਹੀ ਆ। ਤੇ ਇੱਥੋਂ ਕਮਾਲ ਆ, ਇੱਥੋਂ ਤੁਹਾਨੂੰ ਲੰਬਾਈ ਕਰਾ ਦੂੰਗਾ ਚੈੱਕ ਤੇ ਇੱਥੋਂ ਇਹਦੀ ਫੇਸ ਕੁਆਲਿਟੀ, ਸੁਭਾਅ ਦੀ ਆ ਗਈ ਬਿਲਕੁਲ ਠੰਡੀ ਤਾਜ਼ੀ ਸੂਈ ਆ, ਨਾਲ ਵੀ ਬੱਚੀ ਆ। ਇਹਦੇ ਗੱਲ ਕਰ ਲਈਏ ਸੱਜਣੋ, ਆਪ ਵੀ ਬੱਚੀ ਆ, ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ, ਮੁੱਠੀ ਵਾਲਾ ਥਣਾ ਤੇ ਲੱਗਿਆ ਪੂਰੇ ਗੈਪ ਤੇ ਆ। ਲੈ ਲਾ ਦੇ ਬੱਚਾ ਬਾਈ, ਤਾਰਾਂ ਇਹਦੀਆਂ ਵੀ ਦਿਖਾ ਦੇ ਮਾਰ, ਤਾਰਾਂ ਦਿਖਾ ਦੇਣੇ, ਤਾਰਾਂ ਇਹਦੀਆਂ ਵੀ ਮਾਰ ਕੇ ਦਿਖਾ ਦਿੰਦੇ ਆ ਤੇ ਰੇਟ ਇਹਦਾ ਵੀ ਸੱਜਣੋ ਫਿਰ ਤੁਹਾਨੂੰ ਵੀਡੀਓ ਚ ਹੀ ਕਰਾ ਦਾਂਗੇ। ਛੱਡ ਦੇ ਬੱਚਾ, ਵਧੀਆ ਵੇਟ ਬੂਟ ਦੀ ਆ ਵੀਰੇ, ਚੰਗਾ ਦੁੱਧ ਪਾ ਦੂਏ ਵੀ। ਇਹਦਾ ਕੀ ਰਖਾੜਾ ਦੁੱਧ ਆ ਪਹਿਲਣ ਦਾ? ਇਹ ਵੀਰੇ 20+ ਚੱਲੀ ਆ ਬਲੂਨ, ਪਹਿਲਣ ਚੱਲੀ ਆ 20 ਤੋਂ ਬਾਰੇ ਤੇ ਆ ਗਈ ਨਾਲ ਬੱਚੀ। ਲੈ ਲਾ ਦੇ ਬੱਚਾ, ਤਾਰਾਂ ਸੱਜਣੋ ਦਿਖਾ ਦਿੰਦੇ ਆ, ਮਾਰ ਕੇ ਮਾਰ ਦੇ ਬਾਈ। ਇਹ ਵੀ ਬੌਲੇ ਹੀ ਆ, ਚਬਾਈ ਮੋਟੀ ਆ, ਫੁੱਲ ਪਿਛਲਿਆਂ 'ਚ ਵੀ ਮਾਰ ਦੇ ਬਾਈ, ਪਿਛਲਿਆਂ 'ਚ ਵੀ ਦਿਖਾ ਦਿੰਦੇ ਆ ਤਾਰਾਂ ਤੁਹਾਨੂੰ ਮਾਰ ਕੇ। ਚਬਾਈ ਦੀ ਓਕੇ ਦੀ ਰਿਪੋਰਟ ਆ, ਕੋਈ ਸਰਲ ਚਬਾਈਆਂ ਦੀ ਤਾਂ ਆਪਣੀ ਗੁਰੀ, ਕੋਈ ਵੀ ਡੰਗਰ ਆਪਣਾ ਮਾੜਾ ਨਹੀਂ ਨਿਕਲਦਾ, ਮਹਾਰਾਜ ਦੀ ਕਿਰਪਾ ਆਪਣੇ। ਪੈਸੇ ਕਿੰਨੇ ਲਵਾਂਗੇ ਬਾਈ ਇਹਦੇ? ਇਹ ਵੀ 80,000 ਰੁਪਏ ਦੇ ਦਾਂਗੇ ਜੀ, ਮਾਨਤਾਨ ਕਰਦਾ ਜੀ, ਕੋਈ ਗੱਲ ਨਹੀਂ ਦੋਨਾਂ 'ਚੋਂ ਜੀ।
ਤੇ ਮਾਨਤਾਨ ਬਾਈ ਕਹਿੰਦਾ ਦੋਵਾਂ ਚੋਂ ਕਰ ਦਾਂਗੇ ਰੇਟ ਇਹਦਾ ਵੀ 80 ਆ 80-80 160 ਹੋ ਗਿਆ ਜੇ ਜੋੜੇ ਹੀ ਲੈਣਾ ਹੋਇਆ ਕਿਸੇ ਨੇ ਹੋ ਜੂ ਮਾਨਤਾਨ ਹਾਂ ਕੋਈ ਗੱਲ ਨਹੀਂ ਕਰ ਦਾਂਗੇ ਵੀਰੇ ਜੋੜੇ ਚੋਂ ਕਰ ਦਾਂਗੇ ਪਹੁੰਚ ਪਹੁੰਚ ਜੋੜੇ ਦੀ ਹਾਂ ਪਹੁੰਚੋ ਕੋਈ ਨਾ ਦੇਖ ਲਾਂਗੇ ਵੀਰੇ ਜਿਹੋ ਜਿਹੇ ਸਿਸਟਮ ਬਣਿਆ ਕਰਾਂਗੇ ਯਾਰ ਮਾਨਤਾਨ ਜੀ ਠੀਕ ਹੈ ਗੱਲ ਮਾਨਤਾਨ ਬਾਈ ਕਹਿੰਦਾ ਜੋੜੇ ਚੋਂ ਹੋ ਜੂਗਾ ਤੇ ਦੋਵਾਂ ਨਾਲ ਹੀ ਬੱਚੀਆਂ ਆ ਗਈਆਂ ਜੇ ਗੱਲ ਕਰ ਲਈਏ ਇੱਕ ਆ ਗਈ HF ਨਸਲ ਦੇ ਵਿੱਚ ਤੇ ਇੱਕ ਆ ਗਈ ਸੱਜਣੋ ਗਿਰਲੈਂਡੋ ਦਾ ਤੋਹਫਾ ਹੀ ਆ ਗਿਆ ਤੇ ਬਾਕੀ ਹੁਣ ਤੁਹਾਨੂੰ ਦਿਖਾ ਦੇਣਾ ਇਧਰਲੇ ਬੰਨੇ ਗੱਬਣ ਤੋਹਫੇ ਪਹਿਲਾਂ ਤਾਂ ਵੱਛੀ ਦੀ ਫੇਸ ਕੁਆਲਿਟੀ ਕਰ ਸਕਦੇ ਚੈੱਕ ਇਧਰਲੇ ਬੰਨੇ ਨੂੰ ਮਾਰ ਦੇਣਾ ਕੈਮਰਾ ਮੈਂ ਕਬੂਤਰ ਵਰਗੀ ਆ ਜਿਵੇਂ ਚੀਨੇ ਵਰਗੀ ਆ ਨਾ ਗੁਰੀ ਇਹ ਵੱਛੀ ਖੀਰੀ ਮੰਨੋ ਠੀਕ ਆ ਗੱਲ ਤੇ ਉਹ ਵੈਸੇ ਇੱਕ ਦਿਨ ਤੋਂ ਤੋੜਤਾ ਇਹਨੇ ਠੀਕ ਆ ਤੋਰੀ ਬਾਈ ਖੋਲ ਕੇ ਮਾੜਾ ਜਾ ਆ ਤੋਰੋ ਵੱਛੀ ਆ ਤੋਰ ਕੇ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਉੱਡੂਗੀ ਜ਼ਰੂਰ ਲੈ ਕੇ ਇੰਨਾ ਕਹਿੰਦੇ ਹਾਂ ਦੇਖੀ ਚੋਪਰ ਇਹਦਾ ਖੁੱਲੀਆਂ ਫਿਰਦੀਆਂ ਵਾਧੂ ਆ ਹਾਂ ਉੱਧਰ ਉੱਧਰਲੇ ਬੰਨੇ ਖੜ ਜਾ ਉੱਧਰ ਨੂੰ ਜਾਊਗੀ ਇਹਨੇ ਬਾਈ ਇੱਕ ਦਿਨ ਦੀ ਸਿੱਟਿਆ ਤੇ ਆ ਗਈ ਕਬੂਤਰ ਵਰਗੀ ਵੱਛੀ ਜੇ ਗੱਲ ਕਰੀਏ ਹਾਂ ਕੁਆਲਿਟੀ ਕਬੂਲਟੀ ਬੜੀ ਟੌਪ ਆ ਗਈ ਇੱਧਰ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਵੀ ਐਂਡਾ ਜਮਾ ਤੇ ਬੱਚੀ ਆਪ ਵੀ ਯਾਰ ਐਂਡੀ ਹੈ ਹਾਂਜੀ ਹਾਂ ਚਾਹੇ ਮੇਲੇ ਲਿਜਾ ਕੇ ਖੜਾ ਦਿਓ ਮੇਲੇ ਚੱਕਣ ਵਾਲੀ ਬੱਚੀ ਨੰਬਰ ਚੱਕਣ ਵਾਲੀ ਹੈ ਬਿਊਟੀ ਚ ਵੀਰੇ ਤੇ ਬਾਕੀ ਆਪ ਕਿਹੜੇ ਦੀ ਆ ਲੱਗਿਆ ਕਿਹੜਾ ਉਹ ਡਿਟੇਲ ਉਹ ਆਪਾਂ ਵੀਰੇ ਆਪਣੇ ਕੋਲ ਹੈਗੀ ਆ ਡਿਟੇਲ ਬਾਕੀ ਆਪਾਂ ਦੱਸ ਦਾਂਗੇ ਜਿਹੜੇ ਬਾਈ ਨਾਲ ਆਪਣਾ ਸੌਦਾ ਹੋਇਆ ਠੀਕ ਹੈ ਗੱਲ ਹਾਂ ਬੰਦ ਹੈ ਬਾਈ ਤੇ ਪੈਸੇ ਇਹਨਾਂ ਦੇ ਪੈਸੇ ਗੱਬਣ ਵੀਰੇ ਫੋਨ ਤੇ ਕਰਾਂਗੇ ਆਪਾਂ ਠੀਕ ਹੈ ਗੱਲ ਹਾਂ ਕਿਉਂ ਐ ਗੱਬਣ ਮਾਲ ਕਈ ਵਾਰੀ ਆਪਣੇ ਤੋਂ ਵੇਚਣ ਵੂਚਣ ਵਾਲੇ ਬੰਦੇ ਵੀ ਲੈ ਜਾਂਦੇ ਆ ਠੀਕ ਹੈ ਜੀ ਹਾਂ ਗੱਬਣਾਂ ਦਾ ਰੇਟ ਬਾਈ ਕਹਿੰਦਾ ਫੋਨ ਤੇ ਕਰ ਦਾਂਗੇ ਪਰ ਦਿਖਾ ਦੂੰਗਾ ਤੋਹਫੇ ਜਿਵੇਂ ਇਧਰਲੇ ਬੰਨੇ ਆ ਚੀਜ਼ਾਂ ਆ ਗਈਆਂ ਆ ਆ ਖੜੀ ਆ ਇੱਕ ਹਾਥੀ ਜਿੱਡੀ ਤੇ ਇੱਕ ਸਾਈਵਾਲ ਖੜੀ ਆ ਦਿਖਾਉਂ ਨਗੀਨੇ ਤੋਰ ਦੋ ਨੰਬਰ ਵਾਲੀ ਖੋਲ ਕੇ ਇਹਦਾ ਕਿਹੜਾ ਸੂਆ ਬਾਈ ਇਹਦਾ ਵੀ ਦੂਸਰਾ ਸੂਆ ਮੇਰੀ ਗੁਰੀ ਦੂਜਾ ਸੂਆ ਤੇ ਕਵਾਲਟੀ ਇਹਦੀ ਵੀ ਪਤੰਦਰਾ ਵਾਲੀ ਐਂਡ ਚੱਕੀ ਫਿਰਦਾ ਇਹਦੇ ਵੀ ਲੈਂਦੇ ਲੈਂਦੀ ਹੈ ਜੀ ਇਹ ਬੱਚੀ ਵੀ ਐ ਮੰਨ ਲਓ 15 ਤੋਂ 20 ਦਿਨਾਂ ਦੇ ਵਿਚਾਲੇ ਵਿਚਾਲੇ ਅੱਛਾ 15 ਤੋਂ 20 ਦਿਨ ਹਾਂ ਹਾਂ ਬਹੁਤ ਚੰਗਾ ਰਿਕਾਰਡ ਦੱਸਿਆ ਇਹਦਾ ਵੀ ਤੇ ਬਣੂ ਬਹੁਤ ਸੱਜਣੋ ਇਹ ਵੀ ਜੇ ਗੱਲ ਕਰ ਲਈਏ ਪੇਟ ਵਾਲੀ ਬੱਚੀ ਆ ਗਈ ਇੱਥੋਂ ਲੰਬਾਈ ਕਰ ਸਕਦੇ ਹੋ ਚੈੱਕ ਲੰਬੀ ਦਾ ਫੁੱਲ ਬਰੀਡਡ ਨੇ ਵੀਰੇ ਜਾਨਵਰ ਟਰੱਕ ਜਿੰਨੀ ਆ ਗਈ ਤੇ ਬਰੀਡ ਜੇ ਕਿਸੇ ਸੱਜਣ ਨੇ ਫਾਰਮ ਦਾ ਕੰਮ ਸ਼ੁਰੂ ਕਰਨਾ ਨਾ ਉਹ ਸੰਪਰਕ ਬਾਈ ਚੰਗੇ ਬੱਚੇ ਲੈਣੇ ਆ ਜਿਵੇਂ ਉਹ ਜੀਆਂ ਬੱਚੀਆਂ ਨੇ ਵੀਰੇ ਵਧੀਆ ਚੰਗੇ ਮੰਨ ਕੇ ਚਲੋ ਫਾਰਮ ਨੂੰ ਅੱਗੇ ਵਧਾ ਸਕਦੀਆਂ ਨੇ ਬਰੀਡ ਬਰੀਡ ਚੰਗੀ ਲੈਣ ਦਾ ਫਾਇਦਾ ਜੇ ਫਾਰਮ ਦਾ ਕੰਮ ਸ਼ੁਰੂ ਕਰਨਾ ਚੰਗੇ ਦੁੱਧ ਜਾਨਵਰ ਦਾ ਫਾਇਦਾ ਹਾਂਜੀ ਹਾਂ ਤੇ ਬਲ ਟੱਲਾਂ ਵੀ ਇਹ ਚ ਬਹੁਤ ਪਈਆਂ ਨੇ ਹਜੇ ਕੱਢੂ ਵੀ ਹਜੇ ਤਾਂ ਵੀਰੇ ਐ ਮੰਨ ਕੇ ਚਲੋ ਐ ਅੱਡ ਨੂੰ ਇਹਨੇ ਹੇਠਾਂ ਨੂੰ ਲੈਣਾ ਸਾਈਡਾਂ ਨੂੰ ਪੱਟਣਾ ਚੌੜਾ ਅੱਡਾ ਨੂੰ ਚੌੜੀ ਹੀ ਕਰਦੀ ਤੁਰੇ ਜਾਣਾ ਪੂਰਾ ਚੌੜਾ ਸੂਆ ਦੂਜਾ ਸੂਆ ਦੂਜਾ ਰੇ ਤੇ ਹੁਣ ਤੋੜ ਦੇ ਆ ਖੋਲ ਕੇ ਇਹ ਮੇਰਾ ਖਿਆਲ ਆ ਘੱਟ ਦਿਨ ਕੱਢੂਗੀ ਹਨਾ ਇਹ ਬਸ ਵੀਰੇ ਐ ਮੰਨ ਕੇ ਚਲੋ ਹੋ ਸਕਦਾ ਵੀ 3-4 ਦਿਨ ਲੈ ਜੇ ਹਾਂ ਇਹਦੇ ਨਕਸ਼ਾ ਤੇ ਪਰ ਤਿਆਰੀ ਤੂਰੀ ਤੇ ਇਹਦੀ ਬਾ ਕਮਾਲ ਹੀ ਆ ਭਾਰਤ ਵਾਲਾ ਨਕਸ਼ਾ ਆਰਡਰ ਰੱਖੂਗੀ ਅੱਗੇ ਪਿੱਛੇ ਦਾ ਹਾਂਜੀ ਹਾਂ ਆਰਡਰ ਅੱਗੇ ਪਿੱਛੇ ਦਾ ਰੱਖੂਗੀ ਤੇ ਇੱਥੇ ਤੋਂ ਬੋਡੀ ਵੇਟ ਚੈੱਕ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਕਮਾਲ ਆ ਚੋਬਰਾ ਇਹਦਾ 37-37 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਗੁਰੀ ਤੇ ਜਾਨ ਜੂਨ ਵੀ ਬਾਲੀ ਵਾਧੂ ਆ ਨਾ ਹਾਂਜੀ ਹਾਂ ਇਹ ਤਾਂ ਕਿਸੇ ਪਾਸੋਂ ਐ ਮੰਨ ਲਓ ਵੀ ਇਹ ਤਾਂ ਮਾਰ ਖਾਂਦੀ ਹੀ ਨਹੀਂ ਹੈਗੀਆਂ ਹਾਂ ਲੋੜਿਆਂ ਦੀ ਜਾਨ ਹੈ ਆਰਡਰ ਉਹੀ ਗੱਲ ਆ ਵੀ ਟੋਕਰਾ ਹੀ ਬਣਾਓ ਫੁੱਲ ਜਵਾਨੀ ਆ ਫੁੱਲ ਵੇਟ ਆ ਤੇ ਪਾਲ ਵਾਦੀ ਲਾਗੀ ਕਰਨਾ ਹਨਾ ਹਾਂਜੀ ਹਾਂ ਇੱਥੇ ਰੋਕੀ ਮਾੜੀ ਜੀ ਇੱਥੇ ਰੋਕ ਲਾ ਆਰਡਰ ਕਰਾ ਦਈਏ ਚੈੱਕ ਇੱਥੋਂ ਨਾੜਾਂ ਵਾਲਾ ਆਰਡਰ ਆ ਗਿਆ ਤੇ ਆ ਗਿਆ ਅੱਗੇ ਪਿੱਛੇ ਦਾ ਲੈ ਚੱਲ ਬਾਈ ਲੈ ਚੱਲ ਇਹਨੂੰ ਆਰਡਰ ਰੱਖ ਦਈਏ ਅੱਗੇ ਪਿੱਛੇ ਦਾ ਜਾਨ ਵਾਲਾ ਕੋਈ ਲੇਖਾ ਨਹੀਂ ਜਾਤ ਨਸਲ ਬਰੀਡ ਇਸ ਵਾਰ 40 ਕਿਲੋ ਦੁੱਧ ਦੇ ਸਕਦੀ ਹੈ ਵੀਰੇ ਤੇ ਬਾਕੀ ਚੜਾਈ ਚੜੂਈ ਵੀ ਬਹੁਤ ਆ ਗਈ ਹਨਾ ਉੱਤੇ ਮੈਂ ਕਹਣਾ ਵੀਰੇ ਯਾਰ ਫੁੱਲ ਵੇਟ ਤੇ ਫੁੱਲ ਹਾਈਟ ਦੀ ਆ ਹਾਂ ਇਹ ਵਾਦੀ ਆ ਇਹਨੂੰ ਪਾਸੇ ਪੂਸੇ ਵਾਲਾ ਸੀਨ ਨਹੀਂ ਹੈਗਾ ਉਹ ਤਾਂ ਆਪਣੇ ਕੋਲੇ ਵੀਡੀਓ ਪਈ ਆ ਵੀਰੇ ਗੁਰੀ ਵੀਡੀਓ ਵੀ ਪਈ ਆ ਸਾਫ ਸੁਥਰੀ ਦੀ ਵੀ ਹਾਂ ਉਹ ਵੀ ਤੁਸੀਂ ਚੈੱਕ ਕਰ ਲਿਓ ਬਾਈ ਤੋਂ ਇਹ ਹੁਣ ਇਹਦਾ ਫਿਰ ਕਿਵੇਂ ਕਰੋਗੇ ਇਹ ਵੀਰੇ ਗੁਰੀ ਐ ਮੰਨ ਲਓ ਇਹ ਬੱਚੀ ਦੀ ਫੇਸ ਕੁਆਲਿਟੀ ਆ ਜਿਹੜੀ ਹਾਂਜੀ ਪਲੂਣਾ ਤੋਂ ਵੀ ਭੈੜੀ ਆ ਇਹਦਾ ਖੜੀ ਨੂੰ ਇਹ ਦਿਖਾ ਦੇ ਤੁਸੀਂ ਬੰਦੇ ਦੋ ਹੀ ਰਹਿ ਗਏ ਸੋਤੋ ਸਮਣੀ ਨਹੀਂ ਇਹ ਆ ਦੇਖੋ ਵੀਰੇ ਹਾਂ ਇੱਥੋਂ ਫੇਸ ਕੁਆਲਿਟੀ ਤੋਂ ਪਤਾ ਲੱਗੇ ਨਾ ਹੁੰਦਾ ਪਸ਼ੂ ਦੀ ਉਮਰ ਦਾ ਹਾਂ ਤੇ ਬਾਕੀ ਆਰਡਰ ਤਾਂ ਉਹੀ ਗੱਲ ਆ ਵੀ ਬਾ ਕਮਾਲ ਹੀ ਹੈ ਨਾ ਇਹ 45 ਕਿਲੋ ਤੋਂ ਪ੍ਰੈਸ ਚੱਲੀ ਹੈ ਜੀ ਇਹ ਤਾਂ ਚੱਲੀ ਹੋਊਗੀ ਹਾਂ ਹਾਂ ਜਿਹੜੇ ਹਿਸਾਬ ਨਾਲ ਇਹਦਾ ਸਿਸਟਮ ਨਾਲ ਖੜਕੇ ਕੱਢ ਦਿਖਾਈ ਇਹਦਾ 46-47 ਕਿਲੋ ਦੁੱਧ ਦਿੱਤਾ ਹੋਇਆ
ਤੇਰੇ ਜਿੱਡਾ ਹੀ ਕੱਦ ਆ ਗਿਆ ਨਾ। ਹਾਂ ਵੀਰੇ ਹਾਂ, ਐ ਮੰਨ ਲਓ ਵੀ 5 ਫੁੱਟ ਇਹਦਾ 7-8 ਇੰਚ ਕੱਦ ਹੋਊ। ਕੱਦ ਵਾਲਾ ਉੱਚਾ ਆ ਗਿਆ ਯਾਰ ਮੱਛੀ ਦਾ, ਤੇ ਆਰਡਰ ਦਾ ਬਾ ਕਮਾਲ ਹੈ, ਹੋਊਗਾ ਫੁੱਟ ਚੌੜਾ ਘੱਟੋ ਘੱਟ ਆਰਾਮ ਨਾਲ ਹੋਊ ਵੀਰੇ ਗੁਰੀ, ਬਾਹਰੀ ਹੋ ਸਕਦਾ। ਹਾਂ ਜੀ ਹਾਂ ਹਾਂ, ਤੁਰਨੀ ਤਾਂ ਨਹੀਂ ਇੱਥੋਂ? ਨਹੀਂ, ਤੁਰਨ 'ਚ ਥੋੜਾ ਜਿਹਾ ਧੱਕਾ ਕਰਦੀ ਹੈ ਵੀਰੇ, ਤੁਰਦੀ ਨਹੀਂ ਹੈਗੀ ਇਹ ਚੋਪਰ ਤੋਂ। ਇਹ ਤੁਹਾਨੂੰ ਮੈਂ ਖੜੀ ਹੈ ਦਿਖਾਤੀ, ਆਰਡਰ ਦਾ ਸਾਈਜ਼ ਦਿਖਾ ਦੇਣਾ ਦੋਵਾਂ ਸਾਈਡਾਂ ਤੋਂ। ਬਿਲਕੁਲ ਨਵੇਂ ਹਾਣ ਦੇ ਵਿੱਚ ਆ। ਦੂਜਾ ਸੂਆ ਮੇਰੇ ਹਿਸਾਬ ਨਾਲ ਜਿਹਨੇ 4 ਲੈਣੀਆਂ ਨੇ ਉਹਨੂੰ ਇਹ ਕੱਲੀ ਬਹੁਤ ਆ। ਹਾਂ ਜੀ ਹਾਂ, ਕੱਲੀ ਇਹ ਕੰਮ ਸਿਰਾ ਕਰ ਦੂਗੀ। ਪਹਿਲਣ ਦਾ ਰਿਕਾਰਡ ਹੈਗਾ 45 ਕਿਲੋ ਦਾ, ਤੇ ਇਸ ਵਾਰੀ ਬਾਲਾ ਨੀ ਜੇ 5-7 ਕਿਲੋ 10 ਕਿਲੋ ਦੇ ਏਡ ਗੇੜ ਵਧਾ ਸਕਦੀ ਆ। ਐ ਮੰਨ ਲਓ ਵੀਰੇ 50 ਕਿਲੋ ਮੰਨ ਕੇ ਲੈ ਲੇ ਬੰਦਾ, ਬਾਕੀ ਦੁੱਧ ਉਹੀ ਰਹਿ ਜਾਂਦਾ। 50 ਕਿਲੋ ਦੇ ਦੇਣਾ ਇਹਨੇ ਵੀ, ਦੁੱਧ ਤੁਹਾਡੀ ਹੈ ਨਾ ਸੇਵਾ ਦਾ ਵੀ ਹੁੰਦਾ ਤੇ ਜੱਜਮੈਂਟ ਦਾ ਵੀ ਹੁੰਦਾ ਫਰਕ, ਬਈ ਆਪਦੀ ਜੱਜਮੈਂਟ ਨਾਲ ਪਸ਼ੂ ਲੈਣਾ ਹੁੰਦਾ। ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਠੰਡੀ ਸੀਲ ਸਾਹੀਵਾਲ। ਹਾਂ ਜੀ ਵੀਰੇ, ਸਵਾਹ ਦੀ ਬਿਲਕੁਲ ਠੰਡੀ ਹੈ। ਸੂਆ ਕਿਹੜਾ ਬਾਈ ਇਹਦਾ? ਇਹਦਾ ਵੀਰੇ ਗੁਰੀ ਦੂਸਰਾ ਸੂਆ ਬੈਠਦਾ, ਹਜੇ ਐ ਮੰਨ ਕੇ ਚਲੋ ਹਫ਼ਤਾ ਕੁ ਲੈਂਦੀ ਆ। ਗੈਪ ਬਹੁਤ ਸੋਹਣਾ ਰੱਖਦੀ ਆ ਖਾਣਾ ਦੇ ਵਿੱਚ। ਤੋਰੀ ਇਹਨੂੰ ਬੈਠ ਖੋਲ ਕੇ। ਦੂਜਾ ਸੂਆ? ਦੂਸਰਾ ਸੂਆ ਰੇ ਜਨਾਲ ਵੀਰੇ, ਬਾਡੀ ਮੈਂ ਪਲਾਈਆਂ ਪੂਈਆਂ ਦੇਖੋ ਵੀਰੇ ਲੇਵੇ ਦੀ। ਇੱਕ ਗੱਲ ਹੋਰ ਦੱਸ ਦੇਣਾ, ਜਹੀ ਜੀ 20 ਕਿਲੋ ਵਾਲੀ ਮੈਂ ਲੈ ਲਈ, ਜਹੀ ਜੀ ਇਹ ਲੈ ਲਈ, ਜਹੀ ਜੀ ਇਹ ਲੈ ਲਈ, ਠੰਡੀ ਸੀਲ ਬਰਫ ਵਰਗੀ, ਮੁੱਠੀਆਂ ਖੜੀ ਲਾਜਵਾਬ ਆ ਗਈ। ਤੋਰ ਦੇ ਐਨੂੰ ਚੋਬਰਾ, ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ, ਵਜਨ ਵਜੂਦ ਤਾਂ ਲਾਜਵਾਬ ਹੀ ਆ। ਘੁਮਾ ਦੇ ਕੇ ਰਾਹੁਲ, ਥਣ ਮੁੱਠੀ ਵਾਲਾ ਲੱਗਿਆ ਵੀਰੇ ਇਹਨੂੰ। ਪਹਿਲਣ ਦਾ ਕੀ ਰਿਕਾਰਡ ਆ ਦੁੱਧ ਇਹਦਾ ਵੀਰੇ? 20 ਕਿਲੋ ਤੋਂ ਬਾਹਰ ਦਾ ਪਹਿਲਣ ਦਾ। ਹਾਂ, ਕਿੰਨਾ ਕੁ ਪਾ ਦੂ ਐਤਕੀ ਫਿਰ? ਐਂ ਮੰਨ ਕੇ ਚਲੋ 22-23 ਕਿਲੋ ਦੁੱਧ ਬੰਦਾ ਮੰਨ ਕੇ ਲੈ ਲਏ, ਕੱਢਦੇ 25 ਕੱਢਦੇ ਆਪਾਂ ਕਹਿੰਦੇ ਨਹੀਂ ਹੈਗੇ ਵੀਰੇ, ਕੋ ਦੁੱਧ ਅਗਲੇ ਦੀ ਸੇਵਾ ਦਾ ਹੁੰਦਾ ਗੁਰੀ ਵੀਰੇ। ਇੱਥੇ ਰੋਕ ਲਾ, ਇੱਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ, ਕੱਲਾ ਕੱਲਾ ਥਣ ਲੱਗਾ, ਪੂਰੇ ਗੈਪ ਤੇ ਲੈ ਚੱਲ ਬਾਈ। ਕੋ ਦੁੱਧ ਤਾਂ ਆਪਾਂ ਕਹਿੰਦੇ ਨੇ ਵੀ ਆਪਣੇ ਮੂੰਹ 'ਚ ਹੁੰਦਾ ਵੀਰੇ, ਠੀਕ ਹੈ ਗੱਲ, ਜਦੋਂ ਬੰਦਾ ਸਹੀ ਖੁਰਾਕ ਤੇ ਚੱਲਦੀ ਆ ਟੇਕ ਕੇ। ਹਾਂਜੀ, ਤੇ ਬਾਕੀ ਨਸਲ ਬਰੀਡ ਯਾਰ ਬੋਡੀ ਕੁਆਲਿਟੀ ਵੀ ਦੱਸ ਦਿੰਦੇ। ਹਾਂ ਜੀ ਹਾਂ, ਬਾਕੀ ਦੁੱਧ ਵਾਲਾ ਚੀਜ਼ ਆ ਜਿਹੜੀ ਉਹਨੇ ਆਪਦੇ ਆਪ ਬੋਲਣਾ ਹੀ ਬੋਲਣਾ ਵੀਰੇ। ਹਾਂ, ਦੇ ਚਰੂਈ ਦੇਖੀਏ ਜੀ। ਦਿਨ ਕਿੰਨੇ ਕੁ ਦੱਸੇ ਨੇ ਜੀ? ਦਿਨ ਇਹਦੇ ਹਫ਼ਤਾ ਕੁ ਮੰਨ ਕੇ ਲੈ ਲੇ ਬੰਦਾ ਵੀਰੇ, ਹਫ਼ਤੇ ਡੇਢ ਕੇ। ਹਾਂ, ਬਾਕੀ ਇਹ ਮੌਕੇ ਦੀ ਤਿਆਰ ਹੋਣ ਵਾਲੀਆਂ ਆਈਟਮਾਂ ਨੇ ਨਾ? ਹਾਂ ਜੀ ਹਾਂ ਹਾਂ, ਤੇ ਇਹਨਾਂ ਦਾ ਰੇਟ ਕਰ ਦਾਂਗੇ ਸਾਰੀਆਂ ਦਾ, ਇਹਨਾਂ ਦਾ ਫੋਨ ਤੇ ਕਰ ਦਾਂਗੇ ਵੀਰੇ। ਬਾਲੇ ਤਾਂ ਨਹੀਂ ਮੰਗਦਾ? ਨਹੀਂ ਨਹੀਂ, ਬਾਲੇ ਨਹੀਂ ਮੰਗਦੇ ਹੈਗੇ। ਤੇ ਬਾਕੀ ਆ 25 ਕੇਰਾਂ ਹੋਰ ਦਿਖਾ ਦੇਣਾ, ਖੜਨੀ ਖੁੜਨੀ ਇੱਥੋਂ, ਇੱਥੋਂ ਕਰ ਸਕਦੇ ਹਾਂ ਚੈੱਕ, ਜਿਹੜੇ ਹਿਸਾਬ ਨਾਲ ਇਹਦੀ ਆਰਡਰ ਕੁਆਲਿਟੀ ਆ ਗਈ। ਬਹੁਤ ਚੰਗੀ ਬੈਠ ਆ ਵੀਰੇ, ਕਰਨਾ ਕਹਿ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ, ਜਿੱਤਣੇ ਨੇ ਮੇਲੇ ਵੱਛੀ ਨੇ। ਹਾਂ, ਵੱਛੀਆਂ ਅੱਗੇ, ਵੱਛੀ ਚੰਗੇ ਮਿਲ ਜਾਣ ਇਹ ਜੀ ਬੈਠ ਦੇ ਵੀਰੇ। ਹਾਂ, ਤੇ ਸੀਮਨ ਵੀ ਇਹਦੇ ਮੇਰਾ ਖਿਆਲ ਆ 60 ਲੱਗਾ। ਹਾਂ ਹਾਂ, 60 ਲੱਗਿਆ ਵਾ ਵੀਰੇ, ਉਹ ਪੁੱਛ ਕੇ ਬਾਈ ਹੋਰੀ ਦੱਸ ਦੇਣਗੇ। ਤੇ ਫੇਸ ਕੁਆਲਿਟੀ ਤੋਂ ਕਰ ਸਕਦੇ ਹਾਂ ਚੈੱਕ, ਤੇ ਇਧਰਲੇ ਬੰਨੇ ਚੈੱਕ ਕਰਾ ਦੇਣਾ, ਪੈਪ ਦਿਖਾਓ ਆ ਚੁੰਬਰ, ਕਹਿੰਦਾ ਪੈਪ ਦਿਖਾ ਦੇ, ਕਹਿੰਦਾ ਮੋਟੀ ਜਾਂਦੀ ਆ, ਹਜੇ ਦਿਨ ਪੈਂਡਿੰਗ ਨੇ। ਇਹਦਾ 25 ਕਿਲੋ ਹੀ ਦੁੱਧ ਕੱਢ ਸਕਦੀ ਆਪਾਂ, 22 ਤੇ ਹੀ ਵੈਸੇ ਕਹਿ ਦਿੱਤਾ, ਠੀਕ ਆ ਜੀ, ਤੇ 25 ਕਿਲੋ ਹੀ ਲੈ ਸਕਦਾ ਬੰਦਾ ਜੇ ਕੋਈ ਚੰਗੀ ਸੇਵਾ ਵਾਲਾ ਆ ਗਿਆ। ਨੰਬਰ ਬੋਲੀ ਬਾਈ ਤੇਰਾ? ਨੰਬਰ ਆਪਣਾ ਹੈਗਾ 97-796-21-161। 97-796-21-161 ਬਾਈ ਦਾ ਨੰਬਰ ਹੈ। ਇੱਕ ਤਾਂ ਸਾਈਵਾਲ ਦਾ ਨਗੀਨਾ ਦਿਖਾਇਆ, ਤੇ HF ਦਾ ਤਾਂ ਉਹੀ ਗੱਲ ਆ ਵੀ ਆ ਦੁਨੀਆ ਜਿੱਤਣ ਵਾਲਾ ਤੋਹਫਾ ਹੀ ਦਿਖਾਤਾ ਤੁਹਾਨੂੰ। HF ਦੇ ਵਿੱਚ ਤਾਂ ਟੌਪ ਤੋਂ ਟੌਪ ਚੀਜ਼ਾਂ ਦਿਖਾਈਆਂ ਸਾਰੀਆਂ, ਇਹਨਾਂ 'ਚੋਂ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਸੰਪਰਕ ਬਾਈ ਨਾਲ ਕਰ ਲਿਓ। ਆ ਗਈਆਂ 5 ਤਾਂ ਗੱਭਣਾਂ ਆ ਗਈਆਂ, ਤੇ 2 ਆ ਗਈਆਂ ਇੱਧਰਲੇ ਬੰਨੇ ਸੱਜਣੋ, ਤਾਜ਼ੀਆਂ ਸੂਈਆਂ ਦੋਵਾਂ ਨਾਲ ਹੀ ਬੱਛੀਆਂ ਨੇ, ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ। ਇਹਨਾਂ 'ਚੋਂ ਜਿਹੜੀ ਬੱਛੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ ਜੀ।